ਸਭ ਨੂੰ ਵਿਸਾਖੀ ਦੀਆਂ ਬਹੁਤ ਬਹੁਤ ਮੁਬਾਰਕਾਂ। ਹੁਣ ਉਹ ਘੜੀ ਆ ਗਈ ਜਿਸ ਦਾ ਸਾਡੇ ਕੈਦੀ ਵੀਰਾਂ ਨੂੰ ਬੜੀ ਬੇਸਬਰੀ ਨਾਲ ਇੰਤਜ਼ਾਰ ਸੀ। ਸਜ਼ਾ ਪੂਰੀ ਹੋਣ ਤੋਂ ਪਹਿਲਾਂ ਹੀ ਕੈਦੀ ਵੀਰਾਂ ਦੀ ਰਿਹਾਈ। ਮੈਂ ਸਾਡੇ ਜੇਲ੍ਹ ਮੰਤਰੀ ਸ਼੍ਰੀ ਸਤਪਾਲ ਮੰਡੇਲ ਜੀ ਨੂੰ ਬੇਨਤੀ ਕਰਦਾ ਕਿ ਉਹ ਮੰਚ 'ਤੇ ਆਉਣ, ਆ ਕੇ ਆਪਣੇ ਵਿਚਾਰ ਕੈਦੀ ਵੀਰਾਂ ਨਾਲ ਸਾਂਝੇ ਕਰਨ ਅਤੇ ਰਿਹਾਈ ਦੀ ਰਸਮ ਸ਼ੁਰੂ ਕਰਨ। ਸ਼੍ਰੀ ਸਤਪਾਲ ਮੰਡੇਲ ਸਾਹਿਬ, ਇਹ ਤਾਂ ਬੰਦੋ ਕੀ ਆ ਕਿਹੋ ਜਿਹੀ ਸੁਰੰਗ ਪੱਟੀ ਹੈ ਜਿਹੜੀ ਇੱਕ ਦਿਨ ਨਾ ਚੱਲੀ ਨਾ? ਮੈਂ ਹੁਣ ਗਰੰਟੀ ਲੈ ਕੇ ਸੁਰੰਗਾਂ ਪੜਦਾ? ਨਾਲੇ ਇਹ ਆਪ ਨਹੀਂ ਬੰਦ ਹੋਈ, ਕਿਸੇ ਨੇ ਮੇਰੇ ਕਿੱਤੇ ਕਿਰਾਏ ਤੇ ਮਿੱਟੀ ਪਾਈ ਆ। ਹੁਣ ਮੇਰੇ ਕੈਦੀ ਵੀਰੋ, ਮੇਰੇ ਸਮਝ ਨਹੀਂ ਆ ਰਿਹਾ ਮੈਂ ਕੀ ਬੋਲਾਂ। ਮੇਰੇ ਸਮਝ ਨਹੀਂ ਆ ਰਿਹਾ ਮੈਂ ਕੀ ਬੋਲਾਂ। ਸੱਚੀ ਉਹ ਸਮਝ ਨਹੀਂ ਆ ਰਿਹਾ ਮੈਂ ਕੀ ਬੋਲਾਂ। ਹੁਣ ਸਪੀਚ ਹੱਥ ਵਿੱਚ, ਮੇਰਾ ਮਤਲਬ ਹੈ ਹੁਣ ਗੱਲ ਹੱਥ ਵਿੱਚ ਹੈ, ਹੁਣ ਤੁਸੀਂ ਸਾਰੇ ਜਾਣੇ ਖੁੱਲ੍ਹ ਕੇ ਗੱਲਾਂ ਕਰ ਸਕਦੇ ਹੋ। ਮੈਨੂੰ ਪਤਾ ਜੇਲ੍ਹ ਦੇ ਵਿੱਚ ਜ਼ਿੰਦਗੀ ਕੱਟਣੀ ਬਹੁਤ ਔਖੀ ਹੈ। ਸਾਡੀ ਸਰਕਾਰ ਦੀ ਇਹ ਕੋਸ਼ਿਸ਼ ਰਹੂਗੀ ਜੇਲ੍ਹ ਦੇ ਵਿੱਚੋਂ ਚੰਗੇ ਵਰਤਾਰੇ ਵਾਲੇ ਕੈਦੀਆਂ ਨੂੰ ਇੱਕ ਇੱਕ ਕਰਕੇ ਜਲਦ ਤੋਂ ਜਲਦ ਰਿਹਾ ਕੀਤਾ ਜਾਵੇ। ਦੁੱਖ ਹੈ ਸਾਨੂੰ ਇਸ ਗੱਲ ਦਾ ਕਿ ਤੁਹਾਡੇ ਆਦਮੀ ਤੁਹਾਨੂੰ ਛੱਡ ਕੇ ਚਲੇ ਗਏ। ਸਾਨੂੰ ਖਾਣ ਨੂੰ ਪੈਂਦੇ ਆ ਤੁਹਾਡੇ ਨੰਗੇ ਸਿਰ ਤੇ ਸਫੇਦ ਕੱਪੜੇ, ਪਰ ਤੁਸੀਂ ਫਿਕਰ ਨਾ ਕਰੋ, ਸਾਡੀ ਸਰਕਾਰ ਤੁਹਾਡੇ ਨਾਲ ਖੜੀ ਹੈ। ਤੁਹਾਡੇ ਵਿੱਚੋਂ ਕਿਸੇ ਦਾ ਵੀ ਦੁਬਾਰੇ ਵਿਆਹ ਕਰਾਉਣ ਦਾ ਵਿਚਾਰ ਹੋਵੇ ਤਾਂ ਸਰਕਾਰ ਤੁਹਾਡੇ ਲਈ ਮੁੰਡੇ ਲੱਭ ਕੇ ਦੇਵੇਗੀ। ਮੁੰਡੇ ਲੱਭ ਕੇ? ਆਖਿਰ ਆਦਮੀ ਹੀ ਆਦਮੀ ਦੇ ਕੰਮ ਆਉਂਦਾ ਹੈ। ਮੈਨੂੰ ਪਤਾ ਤੁਸੀਂ ਬਹੁਤ ਲੇਟ ਹੋ, ਅੱਜ ਤੁਹਾਡੇ ਵਿੱਚੋਂ ਮੈਨੂੰ ਝਾਂਸੀ ਦੀ ਰਾਣੀ ਨਜ਼ਰ ਆ ਰਹੀ ਹੈ, ਮਦਰ ਟ੍ਰੇਸਾ ਨਜ਼ਰ ਆ ਰਹੀ ਹੈ, ਪੀਟੀ ਊਸ਼ਾ ਨਜ਼ਰ ਆ ਰਹੀ ਹੈ। ਪਰਮਾਤਮਾ ਨੇ ਇਹ ਸਿਰਫ ਤੁਹਾਨੂੰ ਹੀ ਬਖਸ਼ਿਸ਼ ਕੀਤੀ ਹੈ ਕਿ ਤੁਸੀਂ ਆਪਣੇ ਪੇਟ ਵਿੱਚ 9 ਮਹੀਨੇ ਬੱਚੇ ਨੂੰ ਰੱਖ ਸਕਦੇ ਹੋ। ਪਰਮਾਤਮਾ ਨੇ ਬਖਸ਼ਿਸ਼ ਤੁਹਾਨੂੰ ਕੀਤੀ ਹੈ? ਮੈਨੂੰ ਪਤਾ ਸੱਚ ਹਾਸੋਹੀਣਾ ਹੁੰਦਾ, ਪਰ ਵੀਰੋ ਮੇਰੀ ਗੱਲ ਸੁਣੋ, ਮੈਨੂੰ ਲਾਈਟਲੀ ਨਾ ਲਓ। ਤੁਸੀਂ ਜਦੋਂ ਵੀ ਰਿਹਾ ਹੋ ਕੇ ਇੱਥੋਂ ਆਪਣੇ ਘਰੇ ਜਾਣਾ, ਆਪਣੀਆਂ ਧੀਆਂ ਭੈਣਾਂ ਮਾਤਾਵਾਂ ਨੂੰ ਇਹੀ ਗੱਲ ਕਹਿਣੀ ਹੈ ਸਰਕਾਰ ਵੱਲੋਂ ਭਰਾਵੋ। ਇਹੋ ਜਿਹੇ ਬੇਵਕੂਫ ਮੰਤਰੀ ਦੇ ਮਰੇ ਤੇ ਕੋਈ ਬੈਨ ਪਾਣ ਨਾ ਜਾਏ, ਲੋਕੀ ਵੋਟਾਂ ਪਾਣ ਪਤਾ ਨਹੀਂ ਕਿਵੇਂ ਚੱਲੇ ਜਾਂਦੇ। ਕੰਪੈਸ਼ਨੇਟ ਗਰਾਊਂਡ ਤੇ ਮੰਤਰੀ ਜੋ ਬਣਿਆ ਉਹ ਕੀ ਹੁੰਦਾ? ਸਿੰਪਥੀ ਕੋਟੇ ਚੋਂ, ਜਿਵੇਂ ਤੇਰੇ ਪਿਓ ਮਰਨ ਤੋਂ ਬਾਅਦ ਤੈਨੂੰ ਨੌਕਰੀ ਮਿਲੀ ਆ ਨਾ। ਮੇਰੇ ਕੈਦੀ ਵੀਰੋ, ਅੱਜ ਮੈਂ ਤੁਹਾਡਾ ਜ਼ਿਆਦਾ ਸਮਾਂ ਨਹੀਂ ਲੈਣਾ, ਭਾਵੇਂ ਮੈਨੂੰ ਇਸ ਗੱਲ ਦਾ ਪਤਾ ਕਿ ਤੁਸੀਂ ਵਿਹਲੇ ਹੋ। ਹੁਣ ਮੈਂ ਜੇਲਰ ਸਾਹਿਬ ਨੂੰ ਦਰਖਾਸਤ ਕਰਾਂਗਾ ਕਿ ਜਿਹੜੇ ਅੱਜ 2 ਕੈਦੀ ਜੇਲ੍ਹ ਦੇ ਵਿੱਚੋਂ ਰਿਹਾ ਕੀਤੇ ਜਾਣੇ ਹੈ ਉਹਨਾਂ ਨੂੰ ਮੰਚ ਦੇ ਉੱਤੇ ਬੁਲਾਇਆ ਜਾਵੇ।